हाँ जी किसान वीरो स्वागत है तुहाडा अपने यूट्यूब चैनल बावा डेयरी फार्म दे उत्ते जी। अज दी वीडियो विच आपां दो गड़ां सेल लई लैके आए जी, एक भाई ताजी सूई भी है ते एक गब्बण। आओ पुछ लैने भाई तो डिटेल। आज भाई जी सत श्रीकाल। सत श्रीकाल जी डॉक्टर साहब। होर भाई जंग ठीक हो? वधिया पूरे वधिया डॉक्टर। ठीक रहिंदी है सेहत? वधिया पूरे वधिया। किवें चल रहा काम कार? पूरा वधिया जोरों जोर। ठीक है। जिहड़ी पहला वीडियो पाई सी किवें ने रिस्पांस? उहदे उठ गई वीरे, दोन्ने वीडियो पाईआं सी आपां उहदे ही उठ जांदियां बस। मुल वी जायज़ हुंदे आ। पूरे इन्ना हुण 100 गाहक दा फोन आया, चल आपां फिर भी वीडियो च दिखा दिंदे। हां सही गल है भाई। हां ठीक है वीरे। नाम ते एड्रेस बोल दो। ਨਾ ਆਪਣਾ ਜੰਗ ਸਿੰਘ, ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ ਵਾਲਾ। ਨੇੜੇ ਪਿੰਡ ਬਾਈ ਕਿਹੜਾ? ਨੇੜੇ ਆ ਮੱਜੂ ਕੇ ਰਹਿ ਗਿਆ, ਮਗਰ ਰਾਮਗੜ੍ਹ ਭਾਗੀ ਕੇ ਤੇ ਤਲਵੰਡੀ। ਮੋਬਾਈਲ ਨੰਬਰ ਬੋਲ ਦੇ। 8728091954। ਠੀਕ ਆ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੋਸ ਹੁੰਦੀ ਆ? ਦੂਜਾ ਹੁੰਦੀ ਆ ਬਾਈ, ਡਾਕਟਰ ਪਿਓਰ। ਵੱਡੀ ਵੱਡੀ ਬਹੁਤ ਆ, ਬਹੁਤ ਰਾਜੀ ਵੀ ਆ। ਮਾਝੀ ਆ? ਮਾਝੀ ਆ, ਸਹੀ ਗੱਲ। ਤੇ ਲੇਵਾ ਦੇਖ ਲੈ, ਹਜੇ ਗੂੰਦ ਆਉਂਦੀ ਆ ਡਾਕਟਰ। ਠੀਕ ਆ, ਗੂੰਦ ਆਉਂਦੀ ਆ ਹਜੇ? ਹਜੇ ਹਜੇ ਹਾਂ। ਠੀਕ ਆ। ਲੇਵਾ ਹੁਣ ਦੇਖ ਲੈ। ਕਿੰਨੇ ਕੁ ਦਿਨ ਲੈਂਦੀ ਆ? ਲੈ ਉਸੇ ਦਿਨ ਬਈ ਡਾਕਟਰ, 6 ਦਿਨ ਲੈਂਦੀ ਆ। ਹਾਂ 6 ਲੈ ਜੇ, 7 ਲੈ। ਆਰਡਰ ਦੀ ਜਿਹੜੀ ਕੁਆਲਿਟੀ ਆ ਬਈ, ਕਰਮ ਵਾਲੀ ਨੇ ਵਾਹ ਕਮਾਲ ਦੀ ਤਿਆਰ ਕਰੀ ਆ। ਨੇੜ ਤੋਂ ਚੈੱਕ ਕਰ ਲਓ, ਥਣ ਬਹੁਤ ਚੰਗਾ, ਚਾਰੇ ਥਣ ਨਿਕਣ ਮੇ ਪੂਰੇ ਗੈਪ ਤੇ ਆ। ਪਛਾਹ ਤੋਂ ਵੀ ਬਈ ਲੇਵਾ ਦਿਖਾ ਪੂਰੀ ਠੰਡੀ ਸੀ ਲੈਣਾ ਆ। ਬਾਕੀ ਢੱਲਾਂ ਢੁੱਲਾਂ ਬਹੁਤ ਪਈਆਂ ਨੇ ਆ, ਸਾਰੀਆਂ ਬਲ ਢੱਲਾਂ ਕੱਢ ਕੇ ਕਰਮ ਵਾਲੀ ਫੇਰ ਸੋ ਗਈ। ਖੋਲ ਲਾ ਬਈ ਜੰਗ ਤੋੜ ਕੇ ਦਿਖਾ ਦੇ। ਕੀ ਰਿਕਾਰਡ ਆ ਦੁੱਧ ਦਾ ਬਈ? ਦੁੱਧ ਡਾਕਟਰ 18 ਕਿਲੋ ਕਹਿੰਦੇ ਚੋਇਆ। ਓਕੇ ਹਾਂ, ਤੇ ਆਪਾਂ ਇਹਦੀ ਵੀ 18 ਹੀ ਕਹਿੰਦੇ ਆ। ਚਲ ਆਪਾਂ ਨਹੀਂ ਕਹਿੰਦੇ 20, ਇਹ ਸੇਵ ਵਾਲਾ 20 ਵੀ ਕਢਾਓ ਤੋਂ। ਠੀਕ ਆ, ਇਹਦੀ ਸੇਵਾ ਫੁੱਲ ਹੋਈ ਨਾ। ਹਾਂ ਬਾਕੀ ਸੇਵਾ ਤੇ ਰਹਿ ਜਾਂਦਾ ਬੜਾ ਬਈ। ਚੰਗੀ ਆ ਵੜ, ਸਨੱਕੀ ਆ, ਤੋਰ ਤੂਰ ਚੰਗੀ ਆ, ਭਾਂਡਾ ਕਮਾਲ ਦਾ, ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ, ਕੱਲਾ ਕੱਲਾ ਬਈ ਠੰਡੀ ਲੈਟਰ ਲੈ ਬਈ, ਪੂਰੀ ਠੰਡੀ ਸੀ ਲਾ। ਥੋੜੀ ਨਮਾਈ ਤਮਾਈ ਨਹੀਂ ਕੋਈ ਖਾ ਤਾ ਕਰ ਮਾਰੇ, ਆਪਾਂ ਆਟਾ ਕਰਦੇ ਨੇ, ਇੰਨੀ ਠੰਡੀ ਆ ਤੂੰ ਗੱਲ ਹੀ ਛੱਡ। ਠੀਕ ਆ ਬਈ। ਤੇ ਮੁੱਲ ਕੀ ਰੱਖਤੇ ਦਾ ਫਿਰ? ਇਹਦਾ ਡਾਕਟਰ ਆਪਾਂ 50 ਦੀ ਦੇਣੀ ਆ। 50 ਦੀ ਦੇਣੀ ਆ ਮਾਨਸਾਨ ਵਿੱਚੋਂ? ਮਾੜਾ ਮੋਟਾ ਬਹਾਏਗਾ ਇਹਦਾ, ਕੋਈ ਨਹੀਂ ਕਰ ਦਿਆਂਗੇ। ਠੀਕ ਆ ਬਾਈ, 50,000 ਰੁਪਇਆ ਬਾਈ ਨੇ ਮੁੱਲ ਰੱਖਿਆ। ਬਾਕੀ ਮੌਕੇ ਦੇ ਵਿੱਚੋਂ ਮਾਨਸਾਨ ਜ਼ਰੂਰ ਹੋ ਜੂ। ਥਣ ਹਵਾਨੇ ਦੀ ਬਹੁਤ ਚੰਗੀ ਆ ਬਾਈ। ਹਾਂ ਸਿਆਲੀ ਸੂਲੀ ਆ ਡਾਕਟਰ, ਨਾ ਲਾਵੇ ਫੋਨ ਹੈ ਨਾ। ਓਕੇ, ਉਹ ਆਪਾਂ ਪਹਿਲਾਂ ਕਹਿ ਦਿੰਦੇ ਆ ਸਿਆਲੀ ਸੂਲੀ ਹਜ਼ਾਰ ਵਾਲਾ, ਨਾ ਲਾਵੇ ਫੋਨ। ਹਾਂ ਠੀਕ ਆ ਬਾਈ, ਉਦੋਂ ਤਾਂ ਨਹੀਂ ਹੋਣੀ ਆ। ਬਰੀਟ ਚੰਗੀ ਆ, ਗਰਮੀ ਨੇ ਗਾਹਾਂ ਜਾ ਕੇ ਬਾਈ ਬਿਲਕੁਲ ਨਹੀਂ ਮੰਨਣੀ, ਤੇ ਫੈਟ ਇਹਦੀ ਬਹੁਤ ਚੰਗੀ ਹੋ, ਮੱਝਾਂ ਵਰਗਾ ਦੁੱਧ ਹੋਊਗਾ। ਵੱਡੇ ਢਾਂਚੇ ਦੀ ਆ, ਵੱਡੇ ਢਾਂਚੇ ਦੀ ਆ। ਕੁਝ ਦਿੰਦਾ ਨਹੀਂ ਡਾਕਟਰ ਇੰਨੇ ਦੀ? ਨਾ ਬਈ ਤੇਜ਼ ਆ, ਮੈਨੂੰ ਨਾ ਦਿੰਦਾ ਨਹੀਂ ਕੋਈ ਇੰਨੇ ਦੀ, ਆਪਾਂ ਨਹੀਂ ਲਾਲਚ ਕਰਦੇ। ਠੀਕ ਹੈ ਵੀਰੇ। ਅੱਗੇ ਬਈ 2 ਨੰਬਰ ਤੇ ਕਿਹੜਾ ਸੂਈ ਆ ਬੈਠਾ? ਇਹ ਵੀ ਦੂਜਾ ਸੂਆ, ਪਿਓਰ ਸੂਈ ਹੈ ਡਾਕਟਰ। ਕਦੋਂ ਸੂਈ ਆ ਬਈ? ਇਹਨੂੰ ਅੱਜ ਤੀਜਾ ਦਿਨ ਹੀ ਹੋਇਆ ਡਾਕਟਰ। ਠੀਕ ਆ ਬਈ, ਕਿੰਨਾ ਕੁ ਬੋਲਾ? ਬੋਲਾ ਕਿੰਨਾ ਗਾ? ਪੂਰੀ ਠੰਡੀ ਹੈ ਇਹ ਵੀ। ਲੈ ਬਈ ਠੰਡੀ ਠੰਡੀ ਆ ਪੂਰੀ ਆ, ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ, ਤੇ ਅੱਗੇ ਤੋਂ ਵੀ ਹਵਾ ਨਾਲ ਦਿਖਾਉਨੇ ਆ, ਕਮਾਲ ਦਾ ਆਰਡਰ ਆ ਬਈ। ਅੱਗੇ ਤੋਂ ਵੀ ਆ ਚਾਰੇ ਥਣ ਨਿਕਲਣ ਮੇ ਪੂਰੇ ਗੈਪ ਤੇ ਆ। ਇਹਦੇ ਬੱਸੀ ਆ ਡਾਕਟਰ, ਬੱਚੀ ਬਹੁਤ ਚੰਗੀ ਆ। ਹਾਂ ਬੱਸੀ ਚੰਗੇ ਟੀਕੇ ਦੀ ਆ। ਠੀਕ ਆ ਬਾਈ, ਬੱਚਾ ਬੱਚੀ ਨੂੰ ਜਨਮ ਦਿੱਤਾ ਬਈ, ਬੱਚੀ ਚੰਗੀ ਆ। ਤੇ ਬੋਲੇ ਕਿੰਨੇ ਕਿਤੇ ਆ ਬਾਈ ਹੁਣ? ਬੋਲਾ 13 ਲੀਟਰ ਆ ਡਾਕਟਰ ਹੁਣ। ਕਿੰਨਾ ਕਿ ਦੇ ਦੂ ਐਸਟੀਮੇਟ? ਇਹ 18 ਠੂਰਾ ਨੂੰ ਤੈਨੂੰ ਮੂੰਹ ਮਾਰਨਾ ਚਾਹੀਦਾ ਡਾਕਟਰ। ਖੋਲ ਲੈ ਬਾਈ, ਅਜੇ ਤੱਕ ਤੀਜਾ ਦਿਨ ਹੀ ਹੋਇਆ। ਠੀਕ ਆ ਬਾਈ, ਕੱਦ ਬਹੁਤ ਵੱਡਾ ਹਨਾ? ਪੂਰਾ ਵੱਡਾ, ਉਹਦੇ ਨਾਲੋਂ ਵੀ ਵੱਡਾ, ਉਹਦੇ ਨਾਲੋਂ ਵੀ ਵੱਡਾ ਸੀ ਗੱਲ। ਆਹ ਬੜ ਨੂੰ ਵੀ ਕੱਦ ਬਾਈ ਵੱਡਾ ਹੈਗਾ, ਚੰਗੀ ਆ ਗੜ, ਸਨੱਕੀ ਆ, ਪ੍ਰਿੰਟ ਚੰਗਾ, ਸਿੰਘ ਜ਼ਰੂਰ ਆ, ਖੂਨੀ ਆ, ਵਧੀਆ ਠੰਡੀ ਆ, ਬਾਲੀ ਬਾਲੀ ਲਾ ਲੈ ਬਈ, ਪੂਰੀ ਠੰਡੀ ਹੈਗੀ, ਕੋਈ ਚੱਕਰ ਹੀ ਨਹੀਂ ਬਾਈ ਕਹਿੰਦਾ ਸਿੰਘਾਂ ਸੰਗਾਂ ਦਾ। ਬਾਕੀ ਤੋਰ ਤੂਰ ਚੰਗੀ ਆ, ਆਰਡਰ ਕਰਮ ਵਾਲੀ ਦਾ ਬਹੁਤ ਚੰਗਾ ਬਾਈ, ਕੋਈ ਧਾਰ ਤੂਰ ਨਹੀਂ ਘੱਟ ਡਾਕਟਰ, ਕੋਈ ਏਰੀਆ ਲਾਵੇ ਪੂਰੀਆਂ ਧਾਰਾਂ। ਠੀਕ ਹੈ ਬਾਈ, ਠੀਕ ਹੈ ਆਪਾਂ ਹਨਾ। ਠੀਕ ਹੈ ਵੀਰੇ, ਕੀ ਮੁੱਲ ਹੈ ਵੀਰੇ ਦਾ? ਇਹ ਦੇਖ ਲਾਂਗੇ 47 ਦੀ ਡਾਕਟਰ, 47,000 ਰੁਪਇਆ ਮਾਨਤਾਨ ਹੋ ਜੂ। ਹਾਂ ਹਾਂ, ਇਹ ਸਿੰਘਾਂ ਨਾਲ ਕਰਕੇ ਆ, ਦੁੱਧ ਦੇਣੇ ਉਹ ਤੋਂ ਵੱਧ ਹੀ ਦੇਣਾ। ਠੀਕ ਹੈ ਬਾਈ, ਮੁੱਲ 47 ਆ ਬਸ, ਮੋਟਾ ਮੋਟਾ ਮੁੱਲ 47,000 ਰੁਪਇਆ ਮਾਨਤਾਨ ਜ਼ਰੂਰ ਹੋ ਜੂ। ਆਰਡਰ ਦੇਖੋ ਬਾਈ, ਚਾਰੇ ਥਣ ਨਿਕਲਵੇਂ ਪੂਰੇ ਗੈਸ ਤੇ ਆ, ਬੱਚਾ ਹੀ ਬੱਚੀ ਆ ਬਾਈ, ਬੱਚੀ ਵੀ ਚੰਗੀ ਆ ਮਗਰ, ਤੇ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ। ਲੈ ਬਾਈ ਵੱਡੇ ਕੱਦ ਦੀ ਆ, ਆਇਆ ਨਹੀਂ ਸੋਹਣਾ, ਛੋਟਾ ਨਹੀਂ ਆ। ਹਾਂ ਕੱਦ ਚੈੱਕ ਕਰ ਲਓ, ਇਹਦਾ ਥੋੜੇ ਨਮਾਈਆਂ ਤਮਾਈਆਂ ਨਹੀਂ ਗਈਆਂ, ਠੰਡ ਦਾ ਕਰਕੇ ਠੰਡ ਦਾ ਕਰਕੇ ਕਿੱਥੇ ਨਿਕਰੀਆਂ, ਨਿਕਰੀਆਂ ਬਹੁਤ ਵਾਲੀਆਂ ਚੰਗੀਆਂ ਨਿਕਰਨੀਆਂ ਸੀ। ਹਾਂ ਜੀ, ਨਮਾਈਆਂ। ਸਹੀ ਗੱਲ ਆ ਬਾਈ, ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।